ਸੂਖਮ ਜੀਵ, ਮਿੱਤਰ ਅਤੇ ਦੁਸ਼ਮਣ। ਸੂਖਮ ਜੀਵ ਅਜਿਹੇ ਜੀਵ ਹਨ ਜਿਨ੍ਹਾਂ ਨੂੰ ਨੰਗੀ ਅੱਖ ਨਾਲ ਨਹੀਂ ਵੇਖਿਆ ਜਾ ਸਕਦਾ। ਸੂਖਮ ਜੀਵ ਹਵਾ, ਪਾਣੀ, ਪੌਦਿਆਂ ਅਤੇ ਜੰਤੂਆਂ ਦੇ ਸਰੀਰ ਵਿੱਚ ਮਿਲਦੇ ਹਨ। ਸੂਖਮ ਜੀਵਾਂ ਨੂੰ ਚਾਰ ਮੁੱਖ ਗਰੁੱਪ ਵਿੱਚ ਵੰਡਿਆ ਗਿਆ ਹੈ। ਉੱਲੀਆਂ, ਜੀਵਾਣੂ, ਪ੍ਰੋਟੋਜ਼ੋਆ, ਕਾਈ। ਸੂਖਮ ਜੀਵਾਂ ਦੀ ਖੋਜ ਦਾ ਸਿਹਰਾ ਏ ਵੀ ਲਿਊਵਨਹੌਕ ਨੂੰ ਦਿੱਤਾ ਜਾਂਦਾ ਹੈ, ਜਿਸਨੇ ਸਭ ਤੋਂ ਪਹਿਲਾਂ ਜੀਵਾਣੂਆਂ ਨੂੰ ਪਾਣੀ, ਮਲਮੂਤਰ ਅਤੇ ਦੰਦਾਂ ਵਿੱਚ ਦਰਸਾਇਆ। ਸੂਖਮ ਜੀਵੀ ਇੱਕ ਸੈਲੀ ਜਾਂ ਬਹੁ ਸੈਲੀ ਹੋ ਸਕਦੇ ਹਨ। ਹਾਂਜੀ, ਸੂਖਮ ਜੀਵ ਹਰ ਤਰ੍ਹਾਂ ਦੇ ਵਾਤਾਵਰਣ ਵਿੱਚ ਪਾਏ ਜਾਂਦੇ ਹਨ। ਅਧਿਐਨ ਦੇ ਪੱਖੋਂ ਲਏ ਜਾਣ ਵਾਲੇ ਸੂਖਮ ਜੀਵ ਵਿਸ਼ਾਣੂ, ਜੀਵਾਣੂ, ਨੀਲੀ ਹਰੀ ਕਾਈ, ਡਾਈਏਟਮ, ਉੱਲੀ ਅਤੇ ਪ੍ਰੋਟੋਜ਼ੋਆ ਹਨ। ਸੂਖਮ ਜੀਵ ਅਤੇ ਅਸੀਂ। ਸੂਖਮ ਜੀਵ ਸਾਡੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਰੋਲ ਨਿਭਾਉਂਦੇ ਹਨ। ਇਹਨਾਂ ਵਿੱਚੋਂ ਕੁਝ ਸਾਡੇ ਲਈ ਬਹੁਤ ਲਾਭਦਾਇਕ ਹਨ, ਜਦੋਂ ਕਿ ਕੁਝ ਹਾਨੀਕਾਰਕ ਵੀ ਹਨ ਅਤੇ ਬਿਮਾਰੀਆਂ ਫੈਲਾਉਂਦੇ ਹਨ। ਪਿਆਰੇ ਬੱਚਿਓ, ਆਓ ਹੁਣ ਆਪਾਂ ਇਹਨਾਂ ਬਾਰੇ ਵਿਸਥਾਰ ਵਿੱਚ ਅਧਿਐਨ ਕਰੀਏ। ਮਿੱਤਰ ਸੂਖਮ ਜੀਵ। ਕੁਝ ਸੂਖਮ ਜੀਵ ਦਵਾਈਆਂ ਅਤੇ ਸ਼ਰਾਬ ਦਾ ਵਪਾਰਿਕ ਪੱਧਰ ਤੇ ਉਤਪਾਦਨ ਕਰਨ ਲਈ ਲਾਭਦਾਇਕ ਹਨ। ਸੂਖਮ ਜੀਵ ਭੂਮੀ ਦੀ ਉਪਜਾਊ ਸ਼ਕਤੀ ਨੂੰ ਸੁਧਾਰਨ, ਸ਼ਰਾਬ ਦੀ ਤਿਆਰੀ, ਸਿਰਕਾ, ਪਨੀਰ, ਦਹੀਂ, ਅਚਾਰ ਦੀ ਤਿਆਰੀ ਦੇ ਕੰਮ ਆਉਂਦੇ ਹਨ। ਚਾਹ, ਕੌਫੀ, ਤੰਬਾਕੂ ਦਾ ਸਵਾਦ ਸੁਧਾਰਨ, ਸੀਵੇਜ ਨੂੰ ਠਿਕਾਣੇ ਤੇ ਲਗਾਉਣ, ਪ੍ਰਤੀਜੈਵਿਕ ਦਵਾਈਆਂ ਬਣਾਉਣ ਅਤੇ ਊਰਜਾ ਪੈਦਾ ਕਰਨ ਦੇ ਕੰਮ ਆਉਂਦੇ ਹਨ। ਮਿੱਤਰ ਸੂਖਮ ਜੀਵ। ਮਿੱਤਰ ਸੂਖਮ ਜੀਵ ਉੱਲੀਆਂ, ਜਿਵੇਂ ਕਿ ਖਮੀਰ। ਖਮੀਰਨ ਕਿਰਿਆ। ਖਮੀਰਨ ਕਿਰਿਆ ਵਿੱਚ ਜੀਵਾਣੂ ਜਾਂ ਖਮੀਰ ਮਾਧਿਅਮ ਵਿਚਲੀ ਖੰਡ ਨੂੰ ਐਲਕੋਹੋਲ ਵਿੱਚ ਪਰਿਵਰਤਿਤ ਕਰ ਦਿੰਦੇ ਹਨ। ਇਸ ਕਿਰਿਆ ਨੂੰ ਖਮੀਰਨ ਕਿਰਿਆ ਕਿਹਾ ਜਾਂਦਾ ਹੈ। ਖਮੀਰਨ ਕਿਰਿਆ ਦੇ ਲਾਭ। ਬੱਚਿਓ, ਇਹ ਬਿਸਕਿਟ ਅਤੇ ਡਬਲ ਰੋਟੀ ਬਣਾਉਣ ਲਈ ਵਰਤਿਆ ਜਾਂਦੇ ਹੈ। ਅਲਕੋਹਲ ਅਤੇ ਸ਼ਰਾਬ ਬਣਾਉਣ ਲਈ, ਐਸੀਟਿਕ ਐਸਿਡ ਬਣਾਉਣ ਲਈ। ਬਿਸਕਿਟ ਅਤੇ ਡਬਲ ਰੋਟੀ। ਬਿਸਕਿਟ ਅਤੇ ਡਬਲ ਰੋਟੀ ਬਣਾਉਣ ਲਈ ਆਟੇ ਉੱਪਰ ਖਮੀਰ ਕਿਰਿਆ ਕਰਦਾ ਹੈ ਅਤੇ ਇਸ ਵਿੱਚ ਕਾਰਬਨ ਡਾਈਆਕਸਾਈਡ ਗੈਸ ਪੈਦਾ ਕਰਦਾ ਹੈ, ਜਿਸ ਨਾਲ ਆਟਾ ਫੁੱਲ ਜਾਂਦਾ ਹੈ ਅਤੇ ਗਰਮ ਕਰਨ ਤੇ ਬਿਸਕੁਟ ਅਤੇ ਡਬਲ ਰੋਟੀ ਬਣਦੇ ਹਨ। ਵੱਡੇ ਪੱਧਰ ਤੇ ਅਲਕੋਹਲ, ਸ਼ਰਾਬ ਅਤੇ ਐਸੀਟਿਕ ਐਸਿਡ ਬਣਾਉਣ ਲਈ ਖਮੀਰ ਦੀ ਵਰਤੋਂ ਕੀਤੀ ਜਾਂਦੀ ਹੈ। ਮਿੱਤਰ ਸੂਖਮ ਜੀਵ। ਮਿੱਤਰ ਸੂਖਮ ਜੀਵ ਜੀਵਾਣੂ, ਜਿਵੇਂ ਕਿ ਲੈਕਟੋਬੈਸੀਲਸ। ਜੀਵਾਣੂ ਵਾਤਾਵਰਣ, ਜੰਤੂਆਂ, ਪੌਦਿਆਂ ਅਤੇ ਮਨੁੱਖ ਲਈ ਦੋਵੇਂ ਲਾਭਦਾਇਕ ਅਤੇ ਹਾਨੀਕਾਰਕ ਹੋ ਸਕਦੇ ਹਨ। ਜੀਵਾਣੂ ਇੱਕ ਹੋਰ ਕਿਸਮ ਦੇ ਸੂਖਮ ਜੀਵ ਹਨ।
ਇਹ ਵਿਸ਼ਾਨੂ ਤੋਂ ਵੱਡੇ ਹੁੰਦੇ ਹਨ ਅਤੇ ਹਰੇਕ ਤਰ੍ਹਾਂ ਦੇ ਵਾਤਾਵਰਣ ਵਿੱਚ ਮਿਲਦੇ ਹਨ। ਦੁੱਧ ਤੋਂ ਦਹੀਂ ਬਣਾਉਣਾ। ਦੁੱਧ ਵਿੱਚ ਲੈਕਟੋਬੈਸਿਲਸ ਜੀਵਾਣੂ ਲੈਕਟੋਸ ਖੰਡ ਨੂੰ ਲੈਕਟਿਕ ਤੇਜ਼ਾਬ ਵਿੱਚ ਬਦਲਦਾ ਹੈ। ਦਵਾਈਆਂ ਬਣਾਉਣ ਵਿੱਚ ਜੀਵਾਣੂ ਅਤੇ ਉੱਲੀਆਂ। ਬਹੁਤ ਸਾਰੀ ਪ੍ਰਤੀਜੈਵਿਕ ਦਵਾਈਆਂ ਬਣਾਉਣ ਵਿੱਚ ਜੀਵਾਣੂ ਅਤੇ ਉੱਲੀਆਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਕਿ ਸਟ੍ਰੈਪਟੋਮਾਈਸਿਨ, ਅਰੀਥਰੋਮਾਈਸਿਨ ਅਤੇ ਟੈਟਰਾਸਾਈਕਲਿਨ। ਭੂਮੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਕੁਝ ਜੀਵਾਣੂ ਵਾਯੂਮੰਡਲ ਵਿਚਲੀ ਮੁਕਤ ਨਾਈਟ੍ਰੋਜਨ ਦਾ ਸਥਿਰੀਕਰਨ ਕਰਕੇ ਮਿੱਟੀ ਨੂੰ ਨਾਈਟ੍ਰੋਜਨ ਭਰਪੂਰ ਕਰ ਦਿੰਦੇ ਹਨ। ਇਸ ਨਾਲ ਭੂਮੀ ਦੀ ਉਪਜਾਊ ਸ਼ਕਤੀ ਵੱਧਦੀ ਹੈ। ਇਹ ਜੀਵਾਣੂ ਪੌਦਿਆਂ ਦੀ ਜੜ੍ਹਾਂ ਵਿੱਚ ਮਿਲਦੇ ਹਨ ਜਾਂ ਧਰਤੀ ਦੀ ਉੱਪਰਲੀ ਤਹਿ ਵਿੱਚ ਮੁਕਤ ਅਵਸਥਾ ਵਿੱਚ ਮਿਲਦੇ ਹਨ। ਨੀਲੀ ਅਤੇ ਹਰੀ ਕਾਈ। ਨੀਲੀ ਅਤੇ ਹਰੀ ਕਾਈ ਨੂੰ ਸਾਇਨੋਬੈਕਟੀਰੀਆ ਵੀ ਕਹਿੰਦੇ ਹਨ। ਇਹ ਵਾਤਾਵਰਨ ਦੀ ਨਾਈਟ੍ਰੋਜਨ ਦਾ ਸਥਿਰੀਕਰਨ ਕਰਕੇ ਭੂਮੀ ਦੀ ਉਪਜਾਊ ਸ਼ਕਤੀ ਵਧਾਉਂਦੇ ਹਨ। ਹਾਨੀਕਾਰਕ ਸੂਖਮ ਜੀਵ। ਪ੍ਰੋਟੋਜ਼ੋਆ। ਪ੍ਰੋਟੋਜ਼ੋਆ ਪਰਜੀਵੀਆਂ ਦਾ ਬਹੁਤ ਆਮ ਵਰਗ ਹੈ। ਇਸ ਦੀਆਂ 2 ਦਰਜਨ ਤੋਂ ਵੱਧ ਪ੍ਰਜਾਤੀਆਂ ਮਨੁੱਖ ਲਈ ਪਰਜੀਵੀ ਹਨ। ਕੁਝ ਬਹੁਤ ਖਤਰਨਾਕ ਬਿਮਾਰੀਆਂ ਜਿਵੇਂ ਮਲੇਰੀਆ, ਉਲਟੀਆਂ, ਦਸਤ ਤੇ ਸਲੀਪਿੰਗ ਸਿਕਨੈਸ ਵਰਗੇ ਭਿਆਨਕ ਰੋਗ ਫੈਲਾਉਂਦੀਆਂ ਹਨ। ਸੂਖਮ ਜੀਵਾਂ ਕਾਰਨ ਹੋਣ ਵਾਲੇ ਕੁਝ ਆਮ ਮਨੁੱਖੀ ਰੋਗ ਅਤੇ ਬਚਾਅ ਦੇ ਉਪਾਅ, ਜਿਵੇਂ ਕਿ ਤੁਸੀਂ ਹੇਠਾਂ ਦਿੱਤੀ ਸਾਰਣੀ ਵਿੱਚ ਵੇਖ ਰਹੇ ਹੋ। ਸੂਖਮ ਜੀਵਾਂ ਕਾਰਨ ਹੋਣ ਵਾਲੇ ਕੁਝ ਆਮ ਪੌਦਾ ਰੋਗ, ਜਿਵੇਂ ਕਿ ਤੁਸੀਂ ਹੇਠਾਂ ਦਿੱਤੀ ਸਾਰਣੀ ਵਿੱਚ ਵੇਖ ਰਹੇ ਹੋ। ਕੁਝ ਸੂਖਮ ਜੀਵ ਸਾਡੇ ਭੋਜਨ ਉੱਪਰ ਵਿਰੋਧੀ ਕਰਦੇ ਹਨ ਅਤੇ ਭੋਜਨ ਲਈ ਵਿਸ਼ੈਲੇਪਣ ਦਾ ਕਾਰਨ ਬਣਦੇ ਹਨ। ਕੁਝ ਜੀਵਾਣੂ ਮਿੱਟੀ ਵਿਚਲੇ ਨਾਈਟ੍ਰੋਜਨੀ ਯੋਗਿਕਾਂ ਨੂੰ ਨਾਈਟ੍ਰੋਜਨ ਗੈਸ ਵਿੱਚ ਬਦਲਦੇ ਰਹਿੰਦੇ ਹਨ ਤੇ ਵਾਯੂਮੰਡਲ ਵਿੱਚ ਛੱਡਦੇ ਰਹਿੰਦੇ ਹਨ। ਵਿਸ਼ਾਣੂ। ਵਿਸ਼ਾਣੂਆਂ ਨੂੰ ਕੇਵਲ ਇਲੈਕਟ੍ਰੋਨਿਕ ਸੂਖਮਦਰਸ਼ੀ ਹੇਠਾਂ ਵੇਖਿਆ ਜਾ ਸਕਦਾ ਹੈ। ਇਹਨਾਂ ਦੇ ਰਵੇ ਬਣਾਏ ਜਾ ਸਕਦੇ ਹਨ ਅਤੇ ਕਈ ਸਾਲਾਂ ਤੱਕ ਸਟੋਰ ਕੀਤੇ ਜਾ ਸਕਦੇ ਹਨ। ਵਿਸ਼ਾਣੂ ਸੰਜੀਵਾਂ ਤੇ ਨਿਰਜੀਵਾਂ ਵਿਚਕਾਰਲੀ ਕੜੀ ਹਨ। ਇੱਕ ਵਿਸ਼ਾਣੂ ਵਿੱਚ ਕੇਵਲ DNA ਜਾਂ RNA ਹੋ ਸਕਦੇ ਹਨ। ਇਹ ਕੈਪਸਿਡ ਨਾਂ ਦੇ ਪ੍ਰੋਟੀਨ ਦੁਆਰਾ ਸੁਰੱਖਿਅਤ ਅਤੇ ਕਿਰਿਆ ਹੁੰਦਾ ਹੈ। ਇੱਕ ਵਿਸ਼ਾਣੂ ਵਿੱਚ ਕੇਵਲ DNA ਜਾਂ RNA ਹੋ ਸਕਦਾ ਹੈ। ਇਹ ਕੈਪਸਿਡ ਨਾਂ ਦੇ ਪ੍ਰੋਟੀਨ ਦੁਆਰਾ ਸੁਰੱਖਿਅਤ ਅਤੇ ਕਿਰਿਆ ਹੁੰਦਾ ਹੈ। ਪਿਆਰਕਰਤਾ ਕਮਲਜੀਤ ਸਿੰਘ, ਸਾਇੰਸ ਮਾਸਟਰ, ਸਰਕਾਰੀ ਹਾਈ ਸਕੂਲ ਮਦੀਰ, ਸ਼੍ਰੀ ਮੁਕਤਸਰ ਸਾਹਿਬ। ਆਵਾਜ਼ ਸ਼੍ਰੀਮਤੀ ਮਿਤਿਕਾ ਮਿੱਤਲ, ਕੰਪਿਊਟਰ ਅਧਿਆਪਕਾ, ਸਰਕਾਰੀ ਹਾਈ ਸਕੂਲ ਮਦੀਰ, ਸ਼੍ਰੀ ਮੁਕਤਸਰ ਸਾਹਿਬ।